ਕਿਉਂਕਿ ਇੱਕ ਇੱਕ ਡਾਇਲੋਗ, ਇੱਕ ਇੱਕ ਗੱਲਬਾਤ ਉਹਨਾਂ ਦੀ ਲੋਕ ਯਾਦ ਕਰਦੇ ਆ। ਇਹ ਬਹੁਤ ਵੱਡਾ ਨੁਕਸਾਨ ਆ ਜੀ ਸੰਗੀਤ ਜਗਤ ਦਾ, ਇਹ ਭੁੱਲ ਹੀ ਸਕਦੇ ਆਪਾਂ ਇਹਨਾਂ ਨੂੰ। ਉਹ ਕਲਾਕਾਰ ਆ ਜਿਹਨਾਂ ਨੂੰ ਮੈਂ ਵੀ ਪਿੰਡਾਂ ਦੇ ਵਿੱਚ ਦੇਖਣ ਜਾਂਦਾ ਹੁੰਦਾ ਸੀ, ਸੁਣਨ ਜਾਂਦਾ ਹੁੰਦਾ ਸੀ। ਮੈਨੂੰ ਕਿਹਾ ਭਾਜੀ ਮੈਂ ਤਾਂ ਤੁਹਾਨੂੰ ਗਾਉਂਦਿਆਂ ਦੇਖਣ ਜਾਂਦਾ ਰਿਹਾ ਅਤੇ ਮੈਂ ਤੁਹਾਨੂੰ ਗਾਈਡ ਨਹੀਂ ਕਰ ਸਕਦਾ। ਕਹਿੰਦੇ ਮਿਊਜ਼ਿਕ ਡਾਇਰੈਕਟਰ ਹਮੇਸ਼ਾ ਵੱਡਾ ਹੁੰਦਾ, ਤੂੰ ਮੈਨੂੰ ਦੱਸ ਕੀ ਕਰਨਾ। ਮਿਊਜ਼ਿਕ ਡਾਇਰੈਕਟਰ ਪਹੁੰਚੇ ਹੋਏ ਨੇ ਸਾਡੇ ਨਾਲ ਗੱਲਬਾਤ ਗੱਲ ਤੁਹਾਡੇ ਕਾਫ਼ੀ ਨੇੜਤਾ ਰਹੀ ਹੈ ਸੁਰਿੰਦਰ ਸ਼ਿੰਦਾ ਜੀ ਨਾਲ, ਤੁਸੀਂ ਵੀ ਕਾਫ਼ੀ ਉਹਨਾਂ ਦੇ ਮਿਊਜ਼ਿਕ ਡਾਇਰੈਕਟ ਕੀਤੇ, ਕਿਵੇਂ ਦੇਖਦੇ ਹੋ ਅੱਜ ਪੰਚ ਤੱਤਵ ਦੇ ਵਿੱਚ ਵਿਲੀਨ ਹੋ ਗਏ ਉਹ? ਇਹ ਬਹੁਤ ਵੱਡਾ ਨੁਕਸਾਨ ਆ ਜੀ ਸੰਗੀਤ ਜਗਤ ਦਾ, ਇਹ ਭੁੱਲ ਹੀ ਸਕਦੇ ਆਪਾਂ ਇਹਨਾਂ ਨੂੰ, ਕਿਉਂਕਿ ਇੱਦਾਂ ਦੇ ਬੰਦੇ ਕੋਈ ਕੋਈ ਟਾਵਾਂ ਟਾਵਾਂ ਕਲਾਕਾਰ ਪੈਦਾ ਹੁੰਦਾ ਆ, ਅਤੇ ਰੱਬ ਨੇ ਛੇਤੀ ਬੁਲਾ ਲਏ ਜਦਕਿ ਇੱਥੇ ਬਹੁਤ ਜ਼ਰੂਰਤ ਸੀ ਇਹਨਾਂ ਦੀ। ਔਰ ਇਹਨਾਂ ਦੀਆਂ ਗਾਈਆਂ ਰਚਨਾਵਾਂ ਗੀਤ ਜੋ ਵੀ ਜਿਹੜੇ ਲੋਕ ਦਿਲੋਂ ਨਹੀਂ ਭੁਲਾ ਸਕਣਗੇ ਔਰ ਨਾ ਹੀ ਭੁੱਲਣ ਯੋਗ ਹੈ, ਕਿਉਂਕਿ ਇੱਕ ਇੱਕ ਡਾਇਲੋਗ, ਇੱਕ ਇੱਕ ਗੱਲਬਾਤ ਉਹਨਾਂ ਦੀ ਲੋਕ ਯਾਦ ਕਰਦੇ ਆ। ਔਰ ਮੈਂ ਕਹਿੰਦਾ ਕਿ ਐਡਾ ਵੱਡਾ ਘਾਟਾ ਪਿਆ ਕਹਿ ਨਹੀਂ ਸਕਦੇ ਆਪਾਂ। ਤੁਸੀਂ ਉਹ ਦੌਰ ਵੀ ਦੇਖਿਆ ਸ਼ਿੰਦਾ ਜੀ ਨਾਲ ਜੋ ਗੱਡਿਆਂ 'ਤੇ ਚੜ੍ਹ ਕੇ ਗਾਉਣ ਦਾ, ਬਿਨਾਂ ਇੰਸਟਰੂਮੈਂਟ ਜ਼ਿਆਦਾ ਨਹੀਂ ਹੁੰਦੇ ਸੀਗੇ, ਇੰਨੀਆਂ ਸਹੂਲਤਾਂ ਨਹੀਂ ਹੁੰਦੀਆਂ ਸੀ, ਸਟੇਜ ਸਿਰਫ ਗੱਡੇ ਬਣ ਜਾਂਦੇ ਹੁੰਦੇ ਸੀ, ਅਤੇ ਕਿਵੇਂ ਦੇਖਦੇ ਹੋ ਕਿ ਉਹ ਦੌਰ ਤੋਂ ਚਾਦਰਾ ਕੁਰਤਾ ਪਾ ਕੇ ਗਾਣਾ, ਇਹਨਾਂ ਨੇ ਆਪਣਾ ਲੋਹਾ ਮਨਵਾਇਆ ਹੋਇਆ ਸੀ ਕਿ ਗਾਇਕੀ ਦੇ ਵਿੱਚ, ਟਰੱਕਾਂ ਦੇ ਵਿੱਚ ਅੱਜ ਤੱਕ ਉਹ ਗਾਣੇ ਚੱਲਦੇ ਇਹਨਾਂ ਦੇ। ਇਹ ਉਹ ਕਲਾਕਾਰ ਹੈ ਜਿਹਨਾਂ ਨੂੰ ਮੈਂ ਵੀ ਪਿੰਡਾਂ ਦੇ ਵਿੱਚ ਦੇਖਣ ਜਾਂਦਾ ਹੁੰਦਾ ਸੀ, ਸੁਣਨ ਜਾਂਦਾ ਹੁੰਦਾ ਸੀ, ਸਾਈਕਲਾਂ ਮਗਰ ਭੱਜ ਭੱਜ ਕੇ ਲੋਕਾਂ ਦੇ ਮਗਰ ਦੇਖਣ ਚਾਹੀਦਾ ਸੀ। ਔਰ ਮੈਨੂੰ ਇਹ ਵੀ ਮਾਣ ਪ੍ਰਾਪਤ ਕਿ ਮੈਂ ਉਹਨਾਂ ਨੂੰ ਰਿਕਾਰਡ ਵੀ ਕੀਤਾ ਜਦੋਂ ਮੈਂ ਪਹਿਲੀ ਵਾਰੀ ਰਿਕਾਰਡ ਕਰਨ ਲੱਗਾ ਸੀਗਾ, ਅਤੇ ਮੈਂ ਉਹਨਾਂ ਨੂੰ ਕਿਹਾ ਭਾਅ ਜੀ ਮੈਂ ਤਾਂ ਤੁਹਾਨੂੰ ਗਾਉਂਦਿਆਂ ਦੇਖਣ ਜਾਂਦਾ ਰਿਹਾ ਅਤੇ ਮੈਂ ਤੁਹਾਨੂੰ ਗਾਈਡ ਨਹੀਂ ਕਰ ਸਕਦਾ। ਕਹਿੰਦੇ ਮਿਊਜ਼ਿਕ ਡਾਇਰੈਕਟਰ ਹਮੇਸ਼ਾ ਵੱਡਾ ਹੁੰਦਾ, ਤੂੰ ਮੈਨੂੰ ਦੱਸ ਕੀ ਕਰਨਾ, ਹੈ ਨਾ। ਅਤੇ ਬਹੁਤ ਦਿਲਦਾਰ ਬੰਦੇ ਸੀ ਉਹ, ਜਾਣੀ ਕਿ ਐਸਾ ਹਰ ਚੀਜ਼ ਦਾ ਮਾਣ, ਹਰ ਕਲਾਕਾਰ ਦਾ ਮਾਣ, ਹਰੇਕ ਨਾਲ ਮਜ਼ਾਕ ਸਬੈਕੀ ਕੋਈ ਹਾਸਾ ਠੱਠਾ ਕਰਦੇ ਰਹਿਣਾ ਉਹਨਾਂ ਨੇ, ਬਹੁਤ ਖੁਸ਼ੀ ਮਿਜ਼ਾਜ ਬੰਦੇ ਸੀਗੇ। ਪੰਜਾਬੀ ਨੂੰ ਇੱਕ ਇਹਨਾਂ ਨੇ ਬੜਾ ਸੰਯੋਗ ਰੱਖਿਆ ਹੁੰਦਾ ਸੀ, ਹਮੇਸ਼ਾ ਕਹਿੰਦੇ ਸੀ ਕਿ ਪੰਜਾਬੀ ਮਾਂ ਬੋਲੀ ਨੂੰ ਅਸੀਂ ਗੱਢਵਾਂ ਰੱਖਣਾ ਹੈ ਕਿ ਕੱਟ ਕੇ ਰੱਖਣਾ ਹੈ ਕਿ ਪੰਜਾਬੀ ਮਾਂ ਬੋਲੀ ਵਿਰਸਾ ਸਾਂਭ ਕੇ ਰੱਖੋ ਆਪਣਾ, ਇੱਦਾਂ ਦੇ ਕਈ ਗੀਤ ਉਹਨਾਂ ਨੇ ਵਿਰਸੇ ਵਾਸਤੇ ਗਾਏ ਸੀ, ਕਿਵੇਂ ਦੇਖਦੇ ਹੋ ਹੁਣ ਇੱਦਾਂ ਲੋਕ ਗੀਤ ਗਾਉਣ ਵਾਲੇ ਬਹੁਤ ਘੱਟ ਰਹਿ ਗਏ ਨੇ ਆਪਣੇ ਦੇ ਵਿੱਚ? ਹਾਂ, ਕਿਉਂਕਿ ਨਵੀਂ ਜਨਰੇਸ਼ਨ ਜਿਹੜੀ ਆ ਥੋੜ੍ਹੀ ਕੁਰਾਹੇ ਪਈ ਆ, ਉਹ ਹਰ ਪਾਸੇ ਹੋਰ ਪਾਸੇ ਜਾ ਰਹੇ ਆ ਹਥਿਆਰਾਂ ਦੇ ਗਾਣੇ, ਜਾਂ ਹਾਲਾਂਕਿ ਪੁਰਾਣੇ ਕਲਾਕਾਰਾਂ ਨੇ ਵੀ ਗਾਏ ਆ ਪਰ ਉਹਦਾ ਕੋਈ ਮਤਲਬ ਹੁੰਦਾ ਸੀਗਾ, ਕਿਉਂਕਿ ਪੁਰਾਣੇ ਕਲਾਕਾਰ ਹਮੇਸ਼ਾ ਵਿਰਸੇ ਨੂੰ ਨਾਲ ਲੈ ਕੇ ਚੱਲੇ ਆ। ਉਹਨਾਂ ਨੇ ਆਪਣੇ ਲੋਕ ਗੀਤ, ਲੋਕ ਗਾਥਾਵਾਂ, ਵਾਰਾਂ, ਹੈ ਨਾ, ਇਹ ਸਾਰੇ ਇਹਨਾਂ ਨੇ ਕਲੀਆਂ ਗਾਈਆਂ, ਬਹੁਤ ਕਲੀਆਂ ਗਾਈਆਂ ਇਹਨਾਂ ਦੇ। ਮਾਣਕ ਸਭ ਤੋਂ ਵੱਧ ਕਲੀਆਂ ਜੇ ਮਸ਼ਹੂਰ ਹੋਈਆਂ ਤਾਂ ਇਹਨਾਂ ਦੀਆਂ ਹੋਈਆਂ। ਮਿਰਜ਼ਾ ਵੀ ਗਾਇਆ ਬਹੁਤ ਸਾਰੇ, ਜਿਉਣਾ ਮੋੜ ਕਿੱਡਾ ਪਾਪੂਲਰ ਕਰਤਾ, ਕਿਉਂਕਿ ਆਮ ਲੋਕਾਂ ਨੂੰ ਪਤਾ ਵੀ ਨਹੀਂ ਸੀ ਜਿਉਣਾ ਮੋੜ ਕੀ ਆ, ਪਰ ਉਹਨੇ ਗਾ ਕੇ ਅਤੇ ਜਿਉਂਦਾ ਕਰਤਾ ਜੁਣਾ। ਇਹਨਾਂ ਦੇ ਜੁਣਾ ਮੋੜ ਤੋਂ ਕਈ ਅੱਜ ਕੱਲ੍ਹ ਦੇ ਨਵੇਂ ਗਾਇਕਾਰ ਜੁਣਾ ਮੋੜ ਜ਼ਰੂਰ ਗਾਉਂਦੇ, ਪਰ ਇਹਨਾਂ ਦਾ ਵਰਗਾ ਕੋਈ ਜੁਣਾ ਮੋੜ ਗਾ ਨਹੀਂ ਸਕਦਾ। ਕਿਸੇ ਦੀ ਕਾਪੀ ਨਹੀਂ ਕੀਤੀ ਜਾ ਸਕਦੀ, ਇਹ ਕਲਾਕਾਰ ਹੀ ਇਹੋ ਜਿਹੇ ਰਹੇ ਆ, ਇਹਨਾਂ ਦੀ ਆਵਾਜ਼ 'ਚ ਇੱਕ ਵਿਲੱਖਣ ਸੀਗੀ ਆਵਾਜ਼, ਇਹਨਾਂ ਦੀ ਉਹਨੂੰ ਕਾਪੀ ਨਹੀਂ ਕਰ ਸਕਦਾ ਕੋਈ, ਉਹ ਬਹੁਤ ਹੀ ਵਧੀਆ ਕਲਾਕਾਰ ਨੇ ਰਹੇ, ਉਹ ਜਿੱਦਾਂ ਦਾ ਵੀ ਗਾਉਂਦੇ ਸੀ ਔਰ ਦਿਲ ਟੰਬੂਆਂ ਗਾਉਂਦੇ ਸੀ। ਪਰਿਵਾਰ ਨਾਲ ਕਿਹੋ ਜਿਹੀ ਦਿਨਾਵਾਂ, ਪਰਿਵਾਰ ਨੂੰ ਕਿਹੋ ਜਿਹਾ ਕੀ ਕਹਿਣਾ ਚਾਹੋਗੇ ਪਰਿਵਾਰ ਲਈ ਦੋਸ਼? ਦੇਖੋ, ਪਰਿਵਾਰ ਜਦੋਂ ਕੋਈ
ਸੀਨੀਅਰ ਜਾਂ ਸਿਰ 'ਤੇ ਜਿਹੜਾ ਜਿਹਦਾ ਹੱਥ ਹੁੰਦਾ ਉਹ ਇਨਸਾਨ ਚਲਾ ਜਾਵੇ ਤਾਂ ਪਰਿਵਾਰ ਟੁੱਟਦਾ ਜ਼ਰੂਰ ਹੈ। ਪਰਿਵਾਰ ਨੂੰ ਢਾਰਸ ਵਧਾਉਣੀ ਚਾਹੀਦੀ, ਪਰਿਵਾਰ 'ਤੇ ਰੱਬ ਮਿਹਰ ਭਰਿਆ ਹੱਥ ਰੱਖੇ। ਪਰਿਵਾਰ ਜਿਹੜਾ ਹੁਣ ਜਿਹੜੇ ਬੇਟੇ ਆ ਉਹ ਮੈਨੂੰ ਲੱਗਦਾ ਵੀ ਇਹਨਾਂ ਦੀ ਲੀਹ ਨੂੰ ਅੱਗੇ ਤੋਰਨਗੇ, ਮਨਿੰਦਰ ਸ਼ਿੰਦਾ ਜਾਂ ਹੋਰ ਉਹਨਾਂ ਦਾ ਦੂਸਰਾ ਬੇਟਾ, ਇਹ ਦੋਵੇਂ ਵੀ ਕਲਾਕਾਰ ਹੈਗੇ ਆ ਔਰ ਮੈਨੂੰ ਉਮੀਦ ਆ ਵੀ ਉਹਨਾਂ ਦੀ ਪੀੜ੍ਹੀ ਨੂੰ ਸੰਭਾਲਣਗੇ। ਅਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਸਵੇਰ ਤੋਂ ਹੀ ਡਾਇਰੈਕਟਰ ਹੋ ਜਾਣ, ਜਿਹੜੇ ਸਿੰਗਰ ਹੋ ਜਾਣ, ਉਹਨਾਂ ਦਾ ਜਿਹੜਾ ਤਾਤਾ ਲੱਗਿਆ ਹੋਇਆ ਸੀ ਜਿਹੜਾ ਲੁਧਿਆਣਾ ਦੇ ਵਿੱਚ ਸੁਰਿੰਦਰ ਸ਼ਿੰਦਾ ਜੀ ਦੀ ਪਾਰਥਿਵ ਦੇਹ ਦੇ ਜਿਹੜੇ ਦਰਸ਼ਨ ਕਰਨ ਨੂੰ, ਅਤੇ ਉਹਨਾਂ ਦੇ ਵਿੱਚ ਇੱਕ ਇਹ ਡਾਇਰੈਕਟਰ ਵੀ ਸਾਨੂੰ ਨਾ ਮਿਲੇ ਜਿਨ੍ਹਾਂ ਨੇ ਸੁਰਿੰਦਰ ਸ਼ਿੰਦਾ ਜੀ ਨੂੰ ਲੀਡ ਕੀਤਾ। ਪਰ ਕਹਿੰਦੇ ਨੇ ਮੈਂ ਖੁਦ ਸੁਣਨ ਜਾਂਦਾ ਸੀਗਾ, ਪਰ ਜਦੋਂ ਇਹਨਾਂ ਨੂੰ ਲੀਡ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਲੀਡ ਵੀ ਕੀਤਾ ਲੁਧਿਆਣਾ ਤੋਂ। ਕੈਮਰਾ ਪਰਸਨ ਗੁਰਮੀਤ ਬੁਲਾਰੇ ਦੇ ਨਾਲ ਅਭਿਸ਼ੇਕ ਜਲੋਟਾ, SMZ ਨਿਊਜ਼, ਲੁਧਿਆਣਾ।